ਉੱਥੇ ਤੁਸੀਂ ਦੇਖੋ 2 ਮਹੀਨੇ ਹੋ ਗਏ ਕਿੰਨਾ ਪਿਆਰ ਵਧਿਆ ਜੇ ਕੁਛ ਇਹਦੇ ਵਿੱਚ ਬਵਾਦਿਆ ਤਾਂ ਸਾਸਰੀ ਘਰ ਬਣਾਉਂਦਾ ਕੋਈ ਪੁੱਤ ਦਾ ਪੁੱਤ ਕਿਹੜੇ ਪਿੰਡੋਂ ਆ ਕਿੱਦਾਂ ਕਿੱਦਾਂ ਨਾ ਕਿੰਨਾ ਜਿਆਦਾ ਹੋ ਆ ਤੇ ਪਿਆਰ ਦਾ ਪ੍ਰਤੀਕ ਹੈ ਸੰਘਰਸ਼ ਤੇ ਇਹਦੇ ਨਾਲ ਪਿਆਰ ਹੀ ਵਧਣਾ ਆਪਣਾ ਤੇ ਪਿਆਰ ਹੀ ਵਧਾਓ ਨਫਰਤ ਨਾ ਵਧਾਓ ਭਰਾ ਮੇਰੇ ਸਾਰੇ ਨੈਗੇਟਿਵਿਟੀ ਨਾ ਫਲਾਓ ਬਹੁਤ ਵਧੀਆ ਸੰਘਰਸ਼ ਹੈ ਇਹ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਹਨਾ ਤੇ ਚੱਲਦਾ ਹੈਗਾ ਤੇ ਆਪਾਂ ਇਸ ਦੇ ਨਾਲ ਦੁਬਾਰੇ ਫੇਰ ਅੱਜ ਤਾਜੇ ਦਾ ਵਿਆਹ ਦੇਖ ਲਈਏ ਫਿਰ ਆਪਾਂ ਜਲਦੀ ਸਹਾਰਸ ਨਾਲ ਜੁੜਾਂਗੇ ਉੱਥੇ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਮੈਂ ਆਪਣੇ ਭਰਾਵਾਂ ਨੂੰ ਕੋਈ ਥੋੜੇ ਬਥੇ ਸੁਨੇਹੇ ਆ ਉਹ ਲਾ ਦিয়ে ਤੇ ਹੋਰ ਸਾਰੇ ਠੀਕ ਠਾਕ ਹੋ ਤੇ ਆਪਾਂ ਕਰਨੀ ਸੀ ਗੱਲ ਆਪਣੇ ਅੰਦੋਲਨ ਬਾਰੇ ਤੇ ਮੈਂ ਕੱਲ ਹੀ ਵਾਪਸ ਆਇਆ ਉੱਥੋਂ ਤੇ ਅੱਜ ਤਾਜੇ ਦਾ ਆਪਣੇ ਭਰਾ ਦਾ ਕਾਲੇ ਸੰਘੇ ਵਾਲੇ ਦਾ ਵਿਆਹਗਾ ਤੇ ਉੱਥੇ ਵਿਆਹ ਤੇ ਜਾਣਾ ਤੇ ਆਪਾਂ ਫਿਰ ਅੰਦੋਲਨ ਦੇ ਨਾਲ ਜੁੜਾਂਗੇ ਤੇ ਮੈਂ ਸਾਰੇ ਜਿੰਨੇ ਵੀ ਭਰਾ ਨਵੇਂਸ਼ ਅੰਦੋਲਨ ਜਦੋਂ ਦਾ ਸ਼ੁਰੂ ਹੋਇਆ ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਆ ਵੀ ਜਿਹੜੇ ਨਵੇਂ ਭਰਾ ਜੁੜਿਆ ਉਹ ਭਰਾ ਸਾਰੇ ਜਿੱਦਾਂ ਕਿ ਮੈਂ ਜਥੇਬੰਦੀਆਂ ਨੂੰ ਫੋਲੋ ਕਰਦਾ ਮੈਨੂੰ ਨਹੀਂ ਪਤਾ ਸੀ ਇਹਦੇ ਵਿੱਚ 31 ਜਥੇਬੰਦੀਆਂ ਨੇ ਪੰਜਾਬ ਦੀਆਂ ਕਿਸਾਨੀ ਸੰਘਰਸ਼ ਦੇ ਵਿੱਚ ਤੇ ਮੈਨੂੰ ਕੁਝ ਨਹੀਂ ਪਤਾ ਸੀ ਮੈਨੂੰ ਤੇ ਕਿਸਾਨੀ ਅੰਦੋਲਨਾਂ ਤੇ ਆਪਾਂ ਕਿਸਾਨੀ ਹੁੰਦੋਂ ਨਾਲ ਹੀ ਜੁੜੇ ਸੀ ਤੇ ਪਤਾ ਲੱਗਿਆ ਵੀ ਉੱਥੇ 31 ਜਥੇਬੰਦੀਆਂ ਤੇ ਮੈਂ 31 ਜਿਹਦੇ ਜਦਾਂ ਜਥੇਬੰਦੀਆਂ ਦੇ ਪੇਜ ਲਾਈਕ ਕੀਤੇ ਮੈਂ ਉਹਨਾਂ ਦੇ ਜਿੱਦਾਂ ਕਿ ਲਾਲੋ ਦੇਖਦਾ ਰਹਿਣਾ ਸਾਰਾ ਕੁਝ ਵੀ ਉਹ ਕੀ ਆਪਣੀ ਐਕਟੀਵਿਟੀ ਕਰਦੇ ਰਹਿੰਦੇ ਆ ਸਾਰੀ ਤੇ ਵੀ ਉਹਨਾਂ ਨੇ ਸਭ ਤੋਂ ਪਹਿਲਾਂ ਜਥੇਬੰਦੀਆਂ ਦਾ ਇਹ ਸੁਨੇਹਾ ਸੀ ਵੀ ਜਿਹੜਾ ਵੀ ਇਹ ਅੰਦੋਲਨ ਆ ਇਹ ਆਪਾਂ ਹਿੰਸਕ ਨਹੀਂ ਬਣਾਉਣਾ ਇਹਨੂੰ ਆਪਾਂ ਨੇ ਪਿਆਰ ਨਾਲ ਤੇ ਸ਼ਾਂਤਮਈ ਢੰਗ ਨਾਲ ਜਿੱਤਣਾ ਜੇ ਕੋਈ ਆਪਾਂ ਨੂੰ ਕਿਤੇ ਉੱਥੇ ਰੋਕਦਾ ਤਾਂ ਉੱਥੇ ਰੁਕ ਜਾਓ ਜੇ ਕੋਈ ਮੋੜਦਾ ਤਾਂ ਉੱਥੋਂ ਮੁੜੋ ਹਨਾ ਤੇ ਕਿਉਂਕਿ ਇਹ ਅੰਦੋਲਨ ਦੇ ਵਿੱਚ 1 26 ਜਨਵਰੀ ਵਾਲਾ ਜਿਹੜਾ ਚੱਲਿਆ ਮਾੜਾ ਮੋਟਾ ਚੱਕਰ ਬੱਕਰ ਬੈਜੇ ਕੋਈ ਉਹ ਨਹੀਂ ਤੇ ਇਹਦੇ ਵਿੱਚ ਜਿੱਦਾਂ ਸੋਚਿਆ ਜਾਵੇ ਉੱਥੇ ਇਕੱਠ ਹੀ ਇੰਨਾ ਜ਼ਿਆਦਾ ਹੋ ਚੁੱਕਿਆ ਸੀ ਕਿ ਸਾਰੇ ਲੋਕਾਂ ਤੱਕ ਸਨੇਹਾ ਪਹੁੰਚਾਉਣਾ ਬਹੁਤ ਔਖਾ ਸੀ ਬਹੁਤ ਜ਼ਿਆਦਾ ਇਕੱਠ ਸੀ ਮੈਂ ਸ਼ੁਰੂ ਤੋਂ ਅੰਦੋਲਨ ਨਾਲ ਜੁੜੇ ਹੋਇਆ ਉੱਥੇ ਜਾਂਦੇ ਰਹਿੰਦੇ ਹਾਂ ਤੇ ਪਹਿਲਾਂ ਵੀ ਜਾਂਦੇ ਰਹੇ ਤੇ ਇਸ ਵਾਰ ਜਦੋਂ ਗਏ ਅਸੀਂ 24 ਤਰੀਕ ਸ਼ਾਮ ਨੂੰ ਗਏ ਆ ਤੇ ਉੱਥੇ ਜਿੱਦਾਂ ਕਿ ਦੇਖਣ ਵਾਲਾ ਸੀ ਬਹੁਤ ਜ਼ਿਆਦਾ ਰਾਸ਼ੀ ਤੇ ਮੈਂ ਵੀ ਪਰੇਡ ਦੇ ਵਿੱਚ ਗਿਆ ਟਰੈਕਟਰ ਪਰੇਡ ਦੇ ਵਿੱਚ ਤੇ ਚਲੋ ਟਰੈਕਟਰ ਸਾਡੇ ਪਿੱਛੇ ਰਹਿ ਗਏ ਅਸੀਂ ਅੱਗੇ ਤੁਰ ਕੇ ਹੋਗੇ ਤੁਰ ਕੇ ਹੋਏ ਹੋਏ ਅੱਗੇ ਅੱਗੇ ਜਾਂਦੇ ਰਹੇ ਜਿਉਂ-ਜਿਉਂ ਜਿੱਦਾਂ ਕਿ ਜਿੱਧਰ-ਜਿੱਧਰ ਨੂੰ ਪਰੇਡ ਜਾਂਦੀ ਰਹੀ ਆਪਾਂ ਉਧਰ-ਉਧਰ ਨੂੰ ਜਾਂਦੇ ਰਹੇ ਅੱਗੇ ਆ ਕੇ ਸਾਨੂੰ ਪ੍ਰਸ਼ਾਸਨ ਨੇ ਕਿਸੇ ਥਾਂ ਤੇ ਰੋਕਿਆ ਆਸ਼ੂ ਗਾਇਦਾ ਗੋਲਾ ਸਾਡੀ ਗੱਡੀ ਦੇ ਅੱਗੇ ਛਟਿਆ ਤੇ ਸਾਰੀਆਂ ਗੱਡੀਆਂ ਰੁਕ ਗਈਆਂ ਪਿੱਛੋਂ ਕਾਫਲਾ ਰੁਕ ਗਿਆ ਤੇ ਪ੍ਰਸ਼ਾਸਨ ਵਾਲਿਆਂ ਨੇ ਸਾਡੇ ਨਾਲ ਗੱਲ ਆ ਕੇ ਕਰੀ ਤੇ ਕਹਿੰਦੇ ਵੀ ਇੱਕ ਤਾਂ ਵੀ ਤੁਹਾਡਾ ਇਹ ਰੂਟ ਨਹੀਂ ਹੈਗਾ ਉਹ ਰੂਟ ਦਾ ਸਾਨੂੰ ਪਹਿਲਾਂ ਵੀ ਪਤਾ ਲੱਗਿਆ ਸੀ ਵੀ ਅਸੀਂ ਗਲਤ ਰੂਟ ਪੈ ਗਏ ਪਰ ਉੱਤੇ ਜਿੱਦਾਂ ਕਿ ਸਾਰਾ ਕਾਫਲਾ ਜਾ ਰਿਹਾ ਸੀ ਉਧਰ ਨੂੰ ਉਤਰੇ ਜਾ ਰਹੇ ਸੀ ਸਾਨੂੰ ਨਹੀਂ ਪਤਾ ਸੀ ਤਾਨੂੰ ਕਿਸੇ ਆਪਣੇ ਬਜ਼ੁਰਗ ਨੇ ਦੱਸਿਆ ਤੇ ਉਹ ਪਾਣੀ ਦੀ ਸੇਵਾ ਲਾ ਰਿਹਾ ਜੀ ਉਹ ਕਹਿੰਦਾ ਵੀ ਇਧਰੋਂ ਹੋਣਾ ਸੀ ਤੇ ਇਧਰ ਨੂੰ ਜਾਣਾ ਸੀ ਪਰ ਜਿੱਧਰ ਨੂੰ ਜਾਣਾ ਸੀ ਅਸੀਂ ਉਧਰੋਂ ਆ ਰਹੇ ਸੀ ਤੇ ਦੂਜੇ ਪਾਸੇ ਨੂੰ ਜਾ ਰਹੇ ਸੀ ਤੇ ਜਦੋਂ ਸਾਨੂੰ ਪ੍ਰਸ਼ਾਸਨ ਨੇ ਅੱਗੇ ਰੋਕਿਆ ਤੇ ਮੈਂ ਆਪਣੇ YouTube ਚੈਨਲ ਤੇ ਸਾਰੀ ਵੀਡੀਓ ਪਾਈ ਆ ਖੁਸ਼ੀ ਦੁਕਾਂ ਤੇ ਤੁਸੀਂ ਦੇਖ ਸਕਦੇ ਹੋ ਜਦੋਂ ਸਾਨੂੰ ਉੱਥੇ ਪ੍ਰਸ਼ਾਸਨ ਨੇ ਆਸੂ ਗੈ ਦਾ ਗੋਲਾ ਸਿੱਟ ਕੇ ਅੱਗੇ ਸਾਨੂੰ ਰੋਕਿਆ ਸੀ ਸਾਰਾ ਕਾਫਲਾ ਰੁਕਿਆ ਨਾਲ ਰੁਪਿੰਦਰ ਜਲਾਲ ਸਾਰੇ ਭਰਾ ਅਸੀਂ ਇਕੱਠੇ ਸੀ ਤੇ ਉਹ ਪ੍ਰਸ਼ਾਸਨ ਨੇ ਆ ਕੇ ਸਾਡੇ ਨਾਲ ਗੱਲ ਕਰੀ ਉਹ ਕਹਿੰਦੇ ਵੀ ਤੁਹਾਡਾ ਇਹ ਰਸਤਾ ਨਹੀਂ ਹੈਗਾ ਤੇ ਬਾਕੀ ਬਾਅਦ ਵੀ ਅੰਦੋਲਨ ਜਿਹੜਾ ਕਿ ਇਹ ਪ੍ਰੇਡ ਦਾ ਟਾਈਮ ਸੀ ਇਹ 5 ਵਜੇ ਤੱਕ ਸੀ ਵੀ ਹੁਣ 5:30 ਹੋ ਗਏ ਫਿਰ ਅਸੀਂ ਪੁੱਛਿਆ ਵੀ ਅਸੀਂ ਹੁਣ ਕੀ ਕਰੀਏ ਸਾਡਾ ਅੱਧਾ ਕਾਫਲਾ ਕਿਨਾਂ ਗਿਆ ਉਹ ਕਹਿੰਦੇ ਵੀ ਉਹ ਕਾਫਲਾ ਵੀ ਵਾਪਸ ਆ ਜਾਊਗਾ ਕੋਈ ਚੱਕਰ ਨਹੀਂ ਵੀ ਤੁਸੀਂ ਇੱਥੋਂ ਵਾਪਸ ਚੱਲੋ ਹਨਾ ਚਲੋ ਅਸੀਂ ਉੱਥੋਂ ਜਿੰਨੇ ਕਿ ਸਾਡੇ ਹੈਗੇ ਸੀ ਅਸੀਂ ਰੋਕ ਕੇ ਸਾਰਿਆਂ ਨੂੰ ਕਾਫਲੇ ਨੂੰ ਵਾਪਸ ਲੈ ਕੇ ਆਏ ਆ ਤੇ ਵਧੀਆ ਜਿੱਦਾਂ ਕਿ ਕਹਿ ਦਈਏ 7:30 7 ਵਜੇ ਨੂੰ ਅਸੀਂ ਆਪਣੀ ਟਰਾਲੀ ਦੇ ਵਿੱਚ ਆ ਕੇ ਪੈ ਗਏ ਸੀ ਤੇ ਬਹੁਤ ਵਧੀਆ ਨਵੇਂ ਭਰਾਵਾਂ ਨੂੰ ਮੈਂ ਇਹੀ ਬੇਨਤੀ ਕਰਦਾ ਵੀ ਆਪਾਂ ਜਥੇਬੰਦੀਆਂ ਨੂੰ ਫੋਲੋ ਕਰੋ ਆਪਾਂ ਕਿਸੇ ਨੂੰ ਫੋਲੋ ਨਾ ਕਰੋ ਉੱਥੇ ਤੁਜੀ ਖੁਸ਼ੀ ਦੁੱਗਾ ਨੂੰ ਫੋਲੋ ਨਾ ਕਰੋ ਖੁਸ਼ੀ ਦੁੱਗਾ ਨੂੰ ਜੇ ਫੋਲੋ ਕਰਨਾ ਤਾਂ ਕਬੱਡੀ ਤੇ ਖੇਡਦੇ ਕਰੋ ਜਿਹੜਾ ਕਿਸਾਨੀ ਸੰਘਰਸ਼ ਹੈ ਨਾ ਖੁਸ਼ੀ ਦੁੱਗਾ ਦੀ ਇੰਨੀ ਉਮਰ ਨਹੀਂ ਜਿੰਨੀਆਂ ਉਹ ਜਥੇਬੰਦੀਆਂ ਦੀ ਜਿੰਨੇ ਉਹ ਆਗੂਆਂ ਨੂੰ ਸੰਘਰਸ਼ ਲੜਦਿਆਂ ਦੀ ਉਮਰ ਲੰਗੀ 40 40 45 45 ਸਾਲ ਦਾ ਤਜਰਬਾ ਮੈਂ 35 ਸਾਲ ਦੀ ਹਾਂ ਵੀ ਮੇਰੀ ਤਾਂ ਉਨੀ ਉਮਰ ਨਹੀਂ ਜਿੰਨਾ ਉਹਨਾਂ ਕੋਲ ਤਜਰਬਾ ਹੁਣ ਤੁਸੀਂ ਮੈਨੂੰ ਫੋਲੋ ਕਰਕੇ ਨਹੀਂ ਉਹ ਕਰ ਸਕਦੇ ਆਪਾਂ ਸਾਰੇ ਰਲ ਮਿਲ ਕੇ ਭਰਾ ਜਥੇਬੰਦੀਆਂ ਨੂੰ ਫੋਲੋ ਕਰੀਏ ਤੇ ਜਥੇਬੰਦੀਆਂ ਦਾ ਸਾਥ ਦੇਈਏ ਤੇ ਮੈਂ ਅੱਜ ਆਇਆ ਜਿੱਦਾਂ ਕਿ ਤਾਜੇ ਭਰਾ ਦਾ ਵਿਆਹ ਆਪਣੇ ਦਾ ਤੇ ਆਪਾਂ ਨੂੰ ਜਦੋਂ ਵੀ ਹੁਣ ਜਥੇਬੰਦੀਆਂ ਜਿੱਦਾਂ ਕਿ ਕੰਨੀਆਂ ਉੱਥੇ ਬੁਲਾਉਣੀਆਂ ਆਪਾਂ ਸਾਰੇ ਭਰਾ ਹਮ ਹਮਾ ਕੇ ਪਹੁੰਚਾਂਗੇ ਤੇ ਸਾਰੇ ਭਰਾ ਜਥੇਬੰਦੀਆਂ ਦਾ ਉਸੇ ਤਰ੍ਹਾਂ ਹੀ ਸਾਥ ਦਿਓ ਵਿੱਚ ਕਹੀ ਜਾਂਦੇ ਟਰੈਕਟਰ ਵਾਪਸ ਆ ਗਿਆ ਹੈ ਹੋ ਗਿਆ ਫਲਾਨਾ ਹੋ ਗਿਆ ਭਾਈ ਇਹ ਟਰੈਕਟਰ 18 ਤਰੀਕ ਤੋਂ ਲੈ ਕੇ 25 26 ਤਰੀਕ ਤੱਕ ਉਧਰ ਨੂੰ ਜਾਂਦੇ ਰਹੇ ਜਿਹੜੇ ਟਰੈਕਟਰ ਹਫਤਾ 10 ਦੱਸ ਦਿਨਾ ਜਿਹ ਉਧਰ ਨੂੰ ਗਏ ਉਹ 26 ਤਰੀਕ ਤੱਕ ਦਾ ਹੀ ਆਪਦਾ ਪ੍ਰੋਗਰਾਮ ਰੱਖ ਕੇ ਗਏ ਸੀ ਤੇ ਉਹ 26 ਤਰੀਕ ਦਾ ਪ੍ਰੋਗਰਾਮ ਉਹ ਕਰਕੇ ਉਹ ਵਾਪਸ ਆਏ ਇਹਦੇ ਵਿੱਚ ਕੋਈ ਹੋਣੀ ਜਿਹੜਾ ਉੱਥੇ ਪੱਕੇ ਜਿਹਦੇ ਬੈਠੇ ਆ ਜਥੇਬੰਦੀਆਂ ਬੈਠੀਆਂ ਉਹਨਾਂ ਦਾ ਇੱਕ ਵੀ ਬੰਦਾ ਜਿੱਦਾਂ ਕਿ ਨਹੀਂ ਆਇਆ ਜਿਹੜੇ 26 ਤਰੀਕ ਤੱਕ ਦਾ ਪ੍ਰੋਗਰਾਮ ਰੱਖ ਕੇ ਗਏ ਸੀ ਉਹੀ ਵਾਪਸ ਮੁੜਿਆ ਆਦਰਵਾਈਜ਼ ਕੋਈ ਨਹੀਂ ਜਿੱਦਾਂ ਕਿ ਕਹਿ ਦਈਏ ਮੁੜਿਆ ਤੇ ਸਾਰੇ ਆਪਣੇ ਜਥੇਬੰਦੀਆਂ ਉੱਥੇ ਡਟੀਆਂ ਹੋਈਆਂ ਤੇ ਸਾਰੇ ਯੂਥ ਨੂੰ ਕਹਿਣਾ ਵੀ ਜੋ ਸਾਰੇ ਬੰਦਿਆਂ ਨੂੰ ਫੋਲੋ ਕਰਕੇ ਉਹ ਹੁਣ ਤਾਂ ਸੋਸ਼ਲ ਮੀਡੀਆ ਦਾ ਟਾਈਮ ਆ ਉਹਨਾਂ ਸਾਰਿਆਂ ਦੇ ਆਪਣੇ ਪੇਜ ਬਣੇ ਹੋਏ ਆ ਉਹਨਾਂ ਦੇ ਪੇਜ ਫੋਲੋ ਕਰੋ ਉਹ ਆਪਣੇ ਪੇਜ ਤੇ ਸਨੇਹਾ ਲਾਉਣਗੇ ਤੇ ਜਿੱਦਾਂ ਉਹ ਸਨੇਹਾ ਲਾਉਂਦੇ ਆ ਓਦਾਂ ਉਹ ਕਰੋ ਕਿਉਂਕਿ ਉਹਨਾਂ ਨੇ ਕਿਹਾ ਹੋਇਆ 7 ਮਈ ਪ੍ਰੋਟੈਸਟ ਆ ਆਪਾਂ ਨੇ ਪ੍ਰੋਟੈਸਟ ਆ ਜਿਹੜਾ ਇਹ 7 ਮਈ ਢੰਗ ਨਾਲ ਲੜਨਾ ਜੇ ਉੱਥੇ ਆਪਾਂ ਪ੍ਰਸ਼ਾਸਨ ਨਾਲ ਜੇ ਆਪਾਂ ਨੂੰ ਪ੍ਰਸ਼ਾਸਨ ਰੋਕਦਾ ਆਪਾਂ ਪ੍ਰਸ਼ਾਸਨ ਨਾਲ ਖੇਬੜਦੇ ਆ ਤਾਂ ਇਹ ਉਹਦੀ ਉਲੰਘਣਾ ਕੋਈ ਵੀ ਭਰਾ ਮੇਰਾ ਅੱਜ ਆਪਣੇ ਪਿੱਛੇ ਦੁਨੀਆ ਖੜਦੀ ਆ ਤੇ ਆਪਾਂ ਉਹ ਦੁਨੀਆ ਦਾ ਨਜਾਇਜ਼ ਫਾਇਦਾ ਠਾਕੇ ਦੁਨੀਆ ਦਾ ਕੋਈ ਨੁਕਸਾਨ ਨਾ ਕਰਵਾ ਦਈਏ ਆਪਾਂ ਉੱਥੇ ਇਹੀ ਚੀਜ਼ ਸੋਚੋ ਵੀ 7 ਮਈ ਢੰਗ ਨਾਲ ਰਭੋ 7 ਮਈ ਪ੍ਰਦਰਸ਼ਨ ਕਰੋ ਜਿੱਥੋਂ ਆਪਾਂ ਨੂੰ ਪ੍ਰਸ਼ਾਸਨ ਰੋਕਦਾ ਆਪਣੀਆਂ ਜਥੇਬੰਦੀਆਂ ਆਪਾਂ ਨੂੰ ਰੋਕਦੀਆਂ ਨੇ ਆਪਾਂ ਨੂੰ ਉੱਥੋਂ ਮੁੜਨਾ ਚਾਹੀਦਾ ਤੇ ਆਪਾਂ ਨੂੰ ਜਥੇਬੰਦੀਆਂ ਦਾ ਡਟ ਕੇ ਸਾਥ ਦੇਣਾ ਚਾਹੀਦਾ ਉੱਥੇ ਕੋਈ ਜਿੱਦਾਂ ਕਿ ਤੁਸੀਂ ਦੇਖੋ ਵੀ ਸਾਰੇ ਕਿਸਾਨੀ ਸੰਘਰਸ਼ ਨਾਲ ਜੁੜੇ ਹੋਇਆ ਮੈਂ ਇਸ ਖਾਸ ਕਰਕੇ ਆਪਾਂ ਕਿਸਾਨੀ ਨੂੰ ਪਿਆਰ ਕਰਦੇ ਆ ਤੇ ਇੱਜ਼ਤ ਕਰਦੇ ਆ ਤੇ ਕਿਸਾਨੀ ਸੰਘਰਸ਼ ਨਾਲ ਜੁੜੇ ਹੋਇਆ ਤੇ ਕਿਸਾਨੀ ਸੰਘਰਸ਼ ਨਾਲ ਹੀ ਜੁੜੇ ਰਵਾਂਗੇ ਕੋਈ ਚੱਕਰ ਨਹੀਂ ਸਾਰੇ ਭਰਾ ਪਹੁੰਚੋ ਹਮ ਹਮਾ ਕੇ ਦੁਬਾਰੇ ਵਾਪਸ ਪਹੁੰਚੋ ਉਹਨਾਂ ਕੋਲ ਤੇ ਜਿੱਦਾਂ ਪਹਿਲਾਂ ਦੀ ਤਰ੍ਹਾਂ ਸੰਘਰਸ਼ ਪੂਰਾ ਜੋਰਾਂ ਤੇ ਆ ਬਾਬੇ ਦੀ ਮਿਹਰ ਨਾਲ ਉਹਦਾ ਕਹਣਾ ਸਾਰਾ ਕੁਝ ਉੱਥੇ ਸੈਟ ਆ ਕੋਈ ਮੇਰੀ ਹਰਿਆਣਾ ਦੇ ਪਲੇਅਰਾਂ ਨਾਲ ਕਬੱਡੀ ਪਲੇਅਰਾਂ ਨਾਲ ਗੱਲ ਹੋਈ ਆ ਉਹਨਾਂ ਨਾਲ ਕਹਿੰਦੇ ਕੋਈ ਚੱਕਰ ਨਹੀਂ ਹਰਿਆਣਾ ਪਹਿਲਾਂ ਨਾਲੋਂ ਵੀ ਦੁੱਗਣਾ ਜੁੜਿਆ ਹੋਇਆ ਜਿੱਦਾਂ ਕਿ ਸਾਰੇ ਕਬੱਡੀ ਪਲੇਅਰਾਂ ਨਾਲ ਆਪਣੀ ਗੱਲ ਹੋਈ ਆ ਜੁਪੀ ਦੇ ਜਿੱਦਾਂ ਕਹਿ ਦਈਏ ਵੀ ਉੱਥੋਂ ਬਹੁਤ ਜ਼ਿਆਦਾ ਮਾਤਰਾ 'ਚ ਜਿੱਦਾਂ ਲੋਕ ਕਹਿ ਦਈਏ ਵੀ ਆਪਣੇ ਕਿਸਾਨੀ ਸੰਘਰਸ਼ ਦੇ ਨਾਲ ਜੁੜ ਰਿਹਾ ਗਾਜੀਪੁਰ ਬਾਰਡਰ ਤੇ ਸਾਰਾ ਕੁਝ ਓਕੇ ਆ ਤੇ ਗਲਤ ਫਵਾਵਾ ਨਾ ਫਲਾਓ ਗਲਤ ਫਵਾਵਾ ਫਲਾਉਨੇ ਹੋ 네ਗੇਟਿਵ ਤਾਂ ਸੋਚਣਾ ਨਹੀਂ ਆਪਾਂ ਨੇ ਪੋਜ਼ਿਟਿਵ ਸੋਚਣਾ ਆਪਾਂ ਨੇ ਜਿੱਤ ਸੋਚੀ ਹੋਈ ਹੈ ਨਾ ਤਾਂ ਜਿੱਤ ਹੀ ਸੋਚਨੀ ਆ ਆਪਾਂ ਇਹ ਨਾ ਸੋਚੋ ਵੀ ਆਪਾਂ ਹਾਰ ਜਾਾਂਗੇ 네ਗੇਟਿਵ ਖਿਆਲ ਤਾਂ ਆਪਣੇ ਦਿਮਾਗ ਚ ਆਉਣਾ ਨਹੀਂ ਚਾਹੀਦਾ ਜਿੱਦਾ ਬੰਦੇ ਦਾ ਜਿੰਨੀ ਤੁਸੀਂ ਪੋਜ਼ਿਟਿਵ ਸੋਚ ਨਾਲ ਚੱਲੋਗੇ ਉਹਨੇ ਹੀ ਪਰਮਾਤਮਾ ਤੁਹਾਡੇ ਨਾਲ ਪੋਜ਼ਿਟਿਵ ਸੋਚ ਨਾਲ ਉਹ ਕਰੂਗਾ ਸਾਰੇ ਮੇਰੇ ਭਰਾ ਅਸੀਂ ਵੀ ਇਦਾਂ ਹੀ ਅਸੀਂ ਤੁਰੇ ਕਿ ਜਾਨੀ ਜਿੱਦਾਂ ਕਿ ਪਰੇਡ ਦੇ ਵਿੱਚ ਸਾਡੇ ਨਾਲ ਪਰੇਡ ਦੇ ਵਿੱਚ ਤੁਰੇ ਅਸੀਂ ਅੱਗੋਂ ਜਾ ਕੇ ਇੱਕ ਇਦਾਂ ਦਾ ਰਸਤਾ ਆਇਆ ਵੀ ਜਿੱਥੇ ਦੂਸਰੀ ਸਾਈਡ ਤੋਂ ਵੀ ਟਰੈਕਟਰ ਆ ਰਹੇ ਸੀ ਤੇ ਸਾਡੇ ਵਾਲੀ ਸਾਈਡ ਤੋਂ ਵੀ ਟਰੈਕਟਰ ਜਾ ਰਹੇ ਸੀ ਫਿਰ ਇੱਕ ਉਥੇ 80 ਪੁਆਇੰਟ ਸੀ ਉਥੇ ਇੱਕ ਸਾਈਡ ਹੀ ਸੀ ਟਰੈਕਟਰਾਂ ਦੇ ਨੰਗਣੂ ਉਥੋਂ ਦੀ ਟਰੈਕਟਰ ਨੰਗੇ ਤੇ ਅੱਗੇ ਗਏ ਅੱਗੇ ਜਾ ਕੇ ਚੱਲੋ ਕਾਫਲੇ ਦੇ ਨਾਲ ਜਾਂਦੇ ਰਹੇ ਸਾਨੂੰ ਬਜ਼ੁਰਗ ਨੇ ਦੱਸਿਆ ਵੀ ਇਹ ਇੱਧਰ ਆਪਣਾ ਰਸਤਾ ਗਲਤ ਆ ਗਿਆਂ ਤੇ ਉਥੇ ਮੈਂ ਰਪਿੰਦਰ ਅਸੀਂ ਸਾਰੇ ਭਰਾ ਇਕੱਠੇ ਸੀਗੇ ਤੇ ਉਹ ਦੂ ਬਾਅਦ ਜਦੋਂ ਵਾਪਸ ਮੁੜੇ ਸਾਰਾ ਕੋਈ ਸੋਖਿਆਨ ਨਾਲ ਕੋਈ ਚੱਕਰ ਨਹੀਂ ਜੇ ਆਪਾਂ ਪ੍ਰਸ਼ਾਸਨ ਨਾਲ ਖੇਬਣਾਂਗੇ ਤਾਂ ਉਹਦੇ ਵਿੱਚ ਆਪਣਾ ਵੀ ਨੁਕਸਾਨ ਹੋਊਗਾ ਪ੍ਰਸ਼ਾਸਨ ਦਾ ਵੀ ਨੁਕਸਾਨ ਹੋਊਗਾ ਆਪਣੀ ਦੇਸ਼ ਦਾ ਵੀ ਨੁਕਸਾਨ ਆਊਗਾ ਆਪਾਂ ਆਪਣੇ ਦੇਸ਼ ਦਾ ਜਾਂ ਆਪਣੇ ਪ੍ਰਸ਼ਾਸਨ ਦਾ ਨੁਕਸਾਨ ਨਹੀਂ ਕਰ ਸਕਦੇ ਤੇ ਸਾਰੇ ਭਰਾ ਮੇਰੇ ਜਥੇਬੰਦਿਆਂ ਦੀ ਪਾਲਣਾ ਕਰੋ ਜਥੇਬੰਦਿਆਂ ਦੇ ਪੇਜ ਫੋਲੋ ਕਰੋ ਉੱਥੇ ਜਾ ਕੇ ਆਪ ਮਹਾਰੇ ਨਾਲ ਚੱਲੋ ਉਹ ਇੱਕ ਬਹੁਤ ਵੱਡਾ ਸੰਘਰਸ਼ਾ ਜੇ ਅੱਜ ਆਪਣੀ ਵਜਾ ਨਾਲ ਜੂਥ ਦੀ ਵਜਾ ਨਾਲ ਉਹ ਸੰਘਰਸ਼ ਨੂੰ ਕੁਛ ਵੀ ਉਹ ਹੁੰਦਾ ਨਾ ਤਾਂ ਆਪਾਂ ਸਾਰੀ ਜ਼ਿੰਦਗੀ ਨਹੀਂ ਉੱਠ ਸਕਦੇ ਕਿਉਂਕਿ ਬਜ਼ੁਰਗਾਂ ਦੀ ਉਮਰਾਂ ਥੋੜੀਆਂ ਰਹਿ ਗਈਆਂ ਆਪਣੀ ਉਮਰਾਂ ਬਹੁਤ ਆ ਪਰ ਆਪਾਂ ਤਾਂ ਆਪਣੇ ਆਪ ਦੇ ਵਿੱਚ ਹੀ ਮਰ ਜਾਾਂਗੇ ਸ਼ਰਮ ਦੇ ਨਾਲ ਹੀ ਮਰ ਜਾਾਂਗੇ ਸਾਰੇ ਜੇ ਅੱਜ ਆਪਣੀ ਵਜਾ ਨਾਲ ਉਹ ਬਜ਼ੁਰਗਾਂ ਦੇ ਐਡੇ ਵੱਡੇ ਸੰਘਰਸ਼ ਨੂੰ ਠੇਸ ਪਹੁੰਚਦੀ ਆ ਉਹ ਆਪਣਾ ਆਪ ਦਾ ਸੰਘਰਸ਼ ਆ ਹਨਾ ਇਹ ਵੀਡੀਓ ਨੂੰ ਸਾਰੇ ਭਰਾ ਮੇਰੇ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਜਥੇਬੰਦੀਆਂ ਦਾ ਸਾਥ ਦਿਓ ਜਥੇਬੰਦੀਆਂ ਤੇ ਭਰੋਸਾ ਰੱਖੋ ਤੇ ਜਥੇਬੰਦੀ ਆਪਾਂ ਨੂੰ ਜਿੱਤ ਦਿਵਾ ਕੇ ਆਉਣਗੀਆਂ ਤੇ ਜਥੇਬੰਦੀਆਂ ਨਾਲ ਹੀ ਆ ਸਾਰਾ ਕੁਝ ਕਿਉਂਕਿ ਉਹਨਾਂ ਦਾ 30 35 35 ਸਾਲ ਦਾ ਤਜਰਬਾ ਮੇਰੇ ਖੁਸ਼ੀ ਦੁੱਗਾ YouTube ਚੈਨਲ ਤੇ ਮੈਂ ਵੀਡੀਓ ਪਾਈ ਆ ਉਸ ਦਿਨ ਦੀ ਜਿਹੜੀ ਸਾਰੀ ਵੀਡੀਓ ਮੈਂ ਬਣਾਈ ਆ ਵੀ ਅਸੀਂ ਕਿੱਦਾਂ ਮਾਰਚ ਪਾਸ ਕੀਤਾ ਕਿੱਦਾਂ ਅਪਰੇਟ ਕੀਤੀ ਕਿੱਧਰ ਕਿੱਧਰ ਨੂੰ ਗਏ ਸਾਨੂੰ ਕਿੱਥੋਂ ਮੋੜਿਆ ਗਿਆ ਸਾਡੂ ਕਿੱਦਾਂ ਮੋੜਿਆ ਗਿਆ ਸਾਡੇ ਨਾਲ ਪ੍ਰਸ਼ਾਸਨ ਨੇ ਗੱਲ ਕੀਤੀ ਹਨਾ ਅਸੀਂ ਮੋੜੇ ਵਧੀਆ ਸਾਰੇ ਠੀਕ ਨਾ ਹੋਏ ਜੇ ਉੱਥੇ ਅਸੀਂ ਪ੍ਰਸ਼ਾਸਨ ਨਾਲ ਖੇਬੜਦੇ ਉੱਥੇ ਅਸੀਂ ਗਲਤ ਹੁੰਦੇ ਕਿਉਂਕਿ ਸਾਡੇ ਸਾਡੇ ਬਜ਼ੁਰਗਾਂ ਨੇ ਸਾਡੀਆਂ ਜਥੇਬੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਫੋਲੋ ਕਰਦੇ ਹਾਂ ਉਹਨਾਂ ਨੇ ਇਹੀ ਕਿਹਾ ਵੀ ਆਪਾਂ ਜਿਹੜਾ ਇਹ ਪ੍ਰੋਟੈਸਟ ਆ ਸ਼ਾਂਤ ਮਈ ਟੰਗ ਨਾਲ ਕਰਨਾ ਕਿਸੇ ਨਾਲ ਖੇਬੜਨਾ ਨਹੀਂ ਉੱਥੇ ਤੁਸੀਂ ਦੇਖੋ 2 ਮਹੀਨੇ ਹੋ ਗਏ ਕਿੰਨਾ ਪਿਆਰ ਵਧਿਆ ਜੇ ਕੁਛ ਇਹਦੇ ਵਿੱਚ ਬਵਾਦਿਆ ਤਾਂ ਸਾਸਰੀ ਗਾਲ ਬਰੌਂਦਾ ਕੋਈ ਪੋਤਾ ਪੁੱਤ ਕਿਹੜੇ ਪਿੰਡੋਂ ਆ ਕਿੱਦਾਂ ਕਿੱਦਾਂ ਨਾ ਕਿੰਨਾ ਜਿਆਦਾ ਹੋ ਆ ਤੇ ਪਿਆਰ ਦਾ ਪ੍ਰਤੀਕ ਹੈ ਸੰਘਰਸ਼ ਤੇ ਇਹਦੇ ਨਾਲ ਪਿਆਰ ਹੀ ਵਧਣਾ ਆਪਣਾ ਤੇ ਪਿਆਰ ਹੀ ਵਧਾਓ ਨਫਰਤ ਨਾ ਵਧਾਓ ਭਰਾ ਮੇਰੇ ਸਾਰੇ ਨੈਗੇਟਿਵਿਟੀ ਨਾ ਫਲਾਓ ਬਹੁਤ ਵਧੀਆ ਸੰਘਰਸ਼ ਹੈ ਇਹ ਇਸੇ ਤਰੀਕੇ ਚੱਲਦਾ ਰਹੂਗਾ ਹਨਾ ਤੇ ਚੱਲਦਾ ਹੈਗਾ ਤੇ ਆਪਾਂ ਇਸਦੇ ਨਾਲ ਦੁਬਾਰੇ ਫੇਰ ਅੱਜ ਤਾਂ ਜਿਹਦਾ ਵਿਆਹ ਦੇਖ ਲਈਏ ਫੇਰ ਆਪਾਂ ਜਲਦੀ ਸੰਘਰਸ਼ ਨਾਲ ਜੁੜਾਂਗੇ ਉੱਥੇ ਤੇ ਪਹੁੰਚਦੇ ਆਂ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਹੌਮ ਹਮਾ ਕੇ ਪਹੁੰਚੋ ਤੇ ਉਥੇ ਆਪਣੇ ਜਿੱਦਾਂ ਕਿ ਬਜ਼ੁਰਗਾਂ ਦਾ ਉਸੇ ਤਰ੍ਹਾਂ ਮਨੋਵਲ ਖੜਾ ਉਹ ਕਾਇਮ ਨੇ ਕਿਉਂਕਿ ਉਹ ਕਾਇਮ ਨੇ ਉਹਨਾਂ ਨੇ ਆਪਾਂ ਨੂੰ ਨਹੀਂ ਦੇਖਿਆ ਉਹਨਾਂ ਨੇ ਆਪਦੇ ਪਿੱਛੇ ਜਿਹੜੀਆਂ ਜੇਸੇਬੰਦੀਆਂ ਦੇ ਬੰਦੇ ਆ ਉਹ ਖੜੇ ਆ ਉਹਨਾਂ ਦੇ ਉਹ ਬੰਦੇ ਐਕਸਟਰਾ ਹੋਰ ਵੀ ਵੱਧ ਗਏ ਆ ਉਹਨਾਂ ਨੂੰ ਆਪਣੇ ਉਹ ਨਹੀਂ ਪਰ ਆਪਣਾ ਉਹਨਾਂ ਨੂੰ ਹੌਸਲਾ ਬਹੁਤ ਆ ਜੇ ਆਪਾਂ ਉਥੇ ਇਦਾਂ ਉਹ ਕਰਦੇ ਆਂ ਤਾਂ ਤੁਹਾਨੂੰ ਪਤਾ ਹੀ ਆ ਤੇ ਕਿਉਂਕਿ ਅਪਾ ਪਲੇਅਰ ਆ ਨਾ ਦਾ ਪੋਲਿਟਿਕਸ ਜਾਂ ਨਾ ਆਪਾਂ ਹੋ ਹਨ ਆਪਾਂ ਇੱਕ ਪਲੇਅਰ ਆ ਆਪਾਂ ਸੱਚੀ ਜੀ ਗੱਲ ਕਰਤੀ ਤੁਹਾਡੇ ਮੂਹਰੇ ਵੀ ਮੈਂ ਜਦੋਂ ਇਹ ਸੰਘਰਸ਼ ਨਾਲ ਜੁੜਿਆ ਨਾ ਮੈਂ ਕੋਈ ਜਾਤ ਪਾਤ ਦੇਖੀ ਨਾ ਮੈਂ ਕੋਈ ਧਰਮ ਦੇਖਿਆ ਮੈਂ ਤਾਂ ਸਿਰਫ ਇਹਦੇ ਨਾਲ ਕਿਸਾਨੀ ਕਰਕੇ ਜੁੜਿਆ ਤੇ ਸਾਰਾ ਮੁਲਖ ਅੱਜ ਸਾਰਾ ਇੰਡੀਆ ਆਪਣਾ ਕਿਸਾਨੀ ਕਰਕੇ ਇਹਦੇ ਨਾਲ ਜੁੜਿਆ ਹੋਇਆ ਤੇ ਕਿਸਾਨੀ ਆਪਣਾ ਪਹਿਲਾ ਧਰਮਾ ਬੰਦੇ ਦਾ ਤੇ ਇਹ ਸੰਘਰਸ਼ ਦਾ ਵੱਧ ਤੋਂ ਵੱਧ ਸਾਥ ਦਿਓ ਮੇਰੀ ਵੀਡੀਓ ਨੂੰ ਸ਼ੇਅਰ ਕਰੋ ਤੇ ਸਾਰੇ ਭਰਾ ਚਲੋ ਦਿੱਲੀ ਤੇ ਬਜ਼ੁਰਗਾਂ ਦੇ ਨਾਲ ਬੈਠੋ ਹੁਣ ਇਦਾਂ ਨਾ ਹੋਵੇ ਵੀ 10 ਬਜ਼ੁਰਗ ਬੈਠੇ ਆ 10 ਯੰਗ ਮੁੰਡੇ ਬੈਠੇ ਆ ਇਦਾਂ ਨਾ ਇੱਕ ਬਜ਼ੁਰਗ ਦੇ ਨਾਲ ਇੱਕ ਯੰਗ ਜਿੱਦਾਂ ਕਿ ਜੂਥ ਦਾ ਬੰਦਾ ਖੜਾ ਹੋਣਾ ਚਾਹੀਦਾ ਕਿਉਂਕਿ ਇਹ ਸੰਘਰਸ਼ ਆ ਜਿਹੜਾ ਆ ਪੱਤ ਜਰਬੇ ਨਾਲ ਜਿੱਤਣਾ ਚਾਹਦੇ ਆ ਨਾ ਤਾਂ ਆਪਾਂ ਤਾਤ ਨਾਲ ਜਿੱਤਣਾ ਚਾਹਦੇ ਆ ਨਾ ਆਪਾਂ ਜੋਸ਼ ਨਾਲ ਜਿੱਤ ਸਕਦੇ ਆ ਇਹ ਸੰਘਰਸ਼ ਹੌਸ ਨਾਲ ਜਿੱਤ ਸਕਦੇ ਆ ਤੇ ਇੱਕ ਜਿਹੜਾ 35 ਸਾੜੀ ਸਾਲਾਂ ਦਾ ਤਜਰਬਾ ਆਪਣੇ ਬਜ਼ੁਰਗਾਂ ਕੋਲੇ ਉਹ ਤਜਰਬੇ ਨਾਲ ਹੀ ਜਿੱਤ ਸਕਦੇ ਆ ਤੇ ਉਹਨਾਂ ਦੇ ਅnder ਰਹਿ ਕੇ ਚੱਲੋ ਮੇਰੇ ਭਰਾ ਸਾਰੇ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਕੋਈ ਵੀ ਗਲਤ ਫੁਵਾ ਨਾ ਫਲਾਓ ਉੱਥੇ ਆ ਹੋ ਗਿਆ ਉੱਥੇ ਆ ਹੋ ਗਿਆ ਮੇਰੀ ਸਾਰੇ ਹਰਿਆਣੇ ਦੇ ਪਲੇਅਰਾਂ ਨਾਲ ਭਰਾਵਾਂ ਨਾਲ ਮੇਰੇ ਨਾਲ ਗੱਲ ਹੋਈ ਆ ਜਿਹੜੇ ਉੱਥੇ ਬੈਠੇ ਆ ਆਪਣੇ ਭਰਾ ਉਹਨਾਂ ਨਾਲ ਸਾਰਿਆਂ ਨਾਲ ਗੱਲ ਹੋਈ ਆ ਸਭ ਕੁਝ ਠੀਕ ਠਾਕ ਆ ਗਲਤ ਫੁਵਾਹਾਂ ਫਲਾ ਕੇ ਜਾਂ ਨੈਗੇਟਿਵਿਟੀ ਲੈ ਆ ਕੇ ਇਹ ਸੰਘਰਸ਼ ਨੂੰ ਬੀਕ ਨਾ ਕਰੋ ਇਹ ਪੋਜੀਟਿਵ ਸੋਚੋ ਹਮੇਸ਼ਾ ਸੋਚੋ ਚੰਗਾ ਸੋਚੋ ਤੇ ਚੰਗਾ ਹੀ ਹੋਊਗਾ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜਿਨ੍ਹਾਂ ਨੇ ਇਹ ਨਹੀਂ ਗਏ ਪ੍ਰੇਡ ਚ ਜਾਂ ਕੁਝ ਵੀ ਉਹ ਦੇਖ ਲਓ ਵੀ ਆਪਣੇ YouTube ਚੈਨਲ ਖੁਸ਼ੀ ਦੁਗਾਂ ਤੇ ਮੈਂ ਅੱਜ ਵੀਡੀਓ ਪਾਈ ਆ ਤੇ ਉਹਦਾ ਲਿੰਕ ਵੀ ਮੈਂ ਉੱਪਰ ਸ਼ੇਅਰ ਕਰ ਦਿੰਦਾ ਤੇ ਉਹਦੇ ਵਿੱਚ ਸਾਰਾ ਅੱਖੀ ਡਿੱਠਾ ਹਾਲਾ ਤੁਸੀਂ ਦੇਖ ਸਕੋਗੇ ਤੇ ਤੁਸੀਂ ਦੇਖੋਗੇ ਵੀ ਅਸੀਂ ਕਿਦਾਂ ਉਸ ਪ੍ਰੇਡ ਚ ਗਏ ਅਸੀਂ ਵੀ ਰਸਤਾ ਭਟ ਕੇ ਰਸਤਾ ਭਟ ਕੇ ਜਦੋਂ ਅੱਗੇ ਸਾਨੂੰ ਪ੍ਰਸ਼ਾਸਨ ਨੇ ਦੱਸਿਆ ਵੀ ਤੁਸੀਂ ਗਲਤ ਰਸਤੇ ਆ ਗਏ ਆ ਤੇ ਟਾਈਮ ਵੀ ਓਵਰ ਹੋ ਗਿਆ ਅਸੀਂ ਉੱਥੋਂ ਵਾਪਸ ਆ ਗਏ ਕੋਈ ਉੱਥੇ ਕੁਝ ਨਹੀਂ ਹੋਇਆ ਸਾਰਾ ਕੁਝ ਠੀਕ ਠਾਕ ਆ ਅਸੀਂ ਉੱਥੋਂ ਦੀ ਗਏ ਜਿੱਥੋਂ ਦੀ ਆਪਣੇ ਜਗਿੰਦਰ ਸਿੰਘ ਉਗਰਾਹਾਂ ਦੀ ਜਥੇਬੰਦੀ ਨੂੰ ਮੈਂ ਫੋਲੋ ਕਰਦਾ ਤੇ ਉੱਥੋਂ ਦੀ ਹੋ ਗਏ ਆ ਅਸੀਂ ਜਿੱਥੋਂ ਦੀ ਉਹ ਜਥੇਬੰਦੀ ਗਈ ਆ ਜਗਿੰਦਰ ਸਿੰਘ ਜੀ ਉਗਰਾਹਾਂ ਪਹਿਲਾਂ ਹੀ ਕਹਿੰਦੇ ਆ ਵੀ ਸਾਤ ਮਈ ਢੰਗ ਨਾਲ ਆਪਾਂ ਜੰਗ ਜਿੱਤਣੀਆਂ ਜੋਸ਼ ਨਾਲ ਨਹੀਂ ਹੋਸ਼ ਨਾਲ ਕੰਮ ਲੈਣਾ ਤੇ ਉਹਨਾਂ ਨੂੰ ਫੋਲੋ ਕਰਦੇ ਜੇ ਉੱਥੇ ਮੇਰੇ ਮਗਰ ਮੇਨਲਾ ਦਾ ਵੀ 100 200 ਟਰਾਲੀ ਸੀ ਹੈਨਾ ਤੇ ਉੱਥੇ ਮੈਂ ਖੜ ਜਾਂਦਾ ਉੱਥੇ ਜੀ ਕੁਝ ਗਲਤ ਕਰਦੇ ਪ੍ਰਸ਼ਾਸਨ ਨਾਲ ਚਲੋ ਅੱਜ ਦਾ ਮੇਰੇ ਮਗਰ 100 200 ਟਰਾਲੀ ਸੀ ਕੱਲ ਨੂੰ ਮੇਰੇ ਮਗਰ ਕੌਣ ਹੋਣਾ ਸਮਝਦੇ ਹੋ ਤੇ ਇਦਾਂ ਹੀ ਆ ਵੀ ਕਿਸੇ ਦੀ ਪਾਵਰ ਦਾ ਜੇ ਮੇਰੇ ਮਗਰ ਕੋਈ ਲੋਕ 100 ਲੋਕ ਤੁਰਦੇ ਆ ਤਾਂ ਉਹਨਾਂ ਦੀ ਪਾਵਰ ਦਾ ਮੈਂ ਗਲਤ ਇਸਤੇਮਾਲ ਨਾ ਕਰਾਂ ਮੈਂ ਤੇ ਆਮ ਸੇਫ ਰੱਖਾਂ ਜੇ ਮੇਰੇ ਮਗਰ 100 ਟਰਾਲੀ ਤੁਰਿਆ ਤਾਂ ਮੇਰੀ ਉਹਦੇ ਤੇ ਜ਼ਿੰਮੇਵਾਰੀ ਆ ਵੀ ਮੈਂ ਉਹਨਾਂ ਨੂੰ ਕਿੱਦਾਂ ਸੇਫ ਰੱਖ ਸਕਦਾ ਵੀ ਕਿੱਦਾਂ ਉਹਨਾਂ ਦਾ ਕੋਈ ਨੁਕਸਾਨ ਹੋਣੋਂ ਬਚਾ ਸਕਦਾ ਹਨ ਤੇ ਸਾਰੇ ਭਰਾ ਬਹੁਤ ਵਧੀਆ ਪਿਆਰ ਬਹੁਤ ਵਧੀਆ ਜੇ ਮੈਂ ਕਹਿੰਦਾ ਵੀ ਉਹ ਜਿੱਦਾਂ ਕਹਿ ਦਈਏ ਮਾਰਚ ਪਾਸ ਦਾ ਮੈਨੂੰ ਪਤਾ ਵੀ ਸਾਡੇ ਟਰੈਕਟਰ ਜਿਹੜੇ ਮਾਗਰ ਘਾਡੇ ਸੀ ਉੱਥੇ ਹੀ ਖੜੇ ਰਹਿ ਗਏ ਉਹ ਤਾਂ ਪਰੇਡ ਦੇ ਵਿੱਚ ਆ ਹੀ ਨਹੀਂ ਸਕੇ ਇੰਨਾ ਕੁ ਜ਼ਿਆਦਾ ਰਸ ਇੰਨਾ ਕੁ ਜ਼ਿਆਦਾ ਰਸ ਵੀ ਉੱਥੇ ਇੱਕ ਬਖਰਾ ਹੀ ਦੇਖਣ ਨੂੰ ਮਿਲ ਰਿਹਾ ਸੀ ਸਾਰੇ ਭਰਾ ਮੇਰੇ ਹਨ ਵੀ ਬਹੁਤ ਵਧੀਆ ਪਿਆਰ ਤੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਿਸਾਨ ਕਿਸਾਨ ਜਥੇਬੰਦੀਆਂ ਦਾ ਸਾਥ ਦਿਓ ਤੇ ਉਹਨਾਂ ਨੂੰ ਫੋਲੋ ਕਰੋ ਤੇ ਉਹਨਾਂ ਦੇ ਪਿੱਛੇ ਰਹੋ ਜਿਹਦੇ ਕਿਸੇ ਨੇ ਕਬੱਡੀ ਖੇਡਣੀ ਉਹ ਕਬੱਡੀ ਖਿਡਾਰੀ ਨੂੰ ਫੋਲੋ ਕਰ ਲਓ ਹਨਾ ਜੇ ਕਿਸੇ ਨੇ ਗਾਉਣ ਲੱਗਣਾ ਤਾਂ ਉਹ ਸਿੰਘਰਾ ਨੂੰ ਫੋਲੋ ਕਰ ਲਓ ਪਰ ਜਿਹੜੇ ਬੰਦੇ ਨੇ ਕਿਸਾਨੀ ਸੰਘਰਸ਼ ਦੇ ਨਾਲ ਜੁੜਨਾ ਤਾਂ